ਹੋਇਆ ਏਲੀ ਨਾਰੇ ਗੂੰਜੇ ਅਫਗਾਨੀ ਫੌਜ ਚੋਂ ਚਿੱਠੀ ਮਹਾ ਸਿੰਘ ਲਿਖੀ ਕਿਲੇ ਜਮਰਾਦ ਚੋਂ ਆਪ ਜੀ ਦਾ ਦਾਸ ਬੋਲਦਾ ਹਾਂ ਸਰਦਾਰ ਜੀ ਤੁਹਾਡੇ ਵੱਲੋਂ ਥਾਪਿਆ ਕਿਲੇ ਦਾ ਕਿਲੇਦਾਰ ਜੀ ਕਿਲੇ ਵਿੱਚ ਸਾਡੀ ਗਿਣਤੀ ਹੈ 400-500 ਬਾਰਾਂ ਕੇ ਵੈਰੀ ਖੜਾ 16,000 ਜੀ ਜਿੰਨਾ ਚਿਰ ਸਾਰ ਰਾਖੀ ਕਿਲੇ ਦੀ ਮੈਂ ਕਰੂੰਗਾ ਸਾਡੇ ਪਿੱਛੋਂ ਇਹਦਾ ਬਾਹੇ ਬੁਰੂ ਪਹਿਰੇਦਾਰ ਜੀ ਖੂਨ ਨਾਲ ਹੋਲੀ ਅਸੀਂ ਖੇਡ ਛੇਤੀ ਲੈ ਕੇ ਆਓ ਫਿਰ ਸਾਰਿਆਂ ਦੇ ਸਾਹਮਣੇ ਬੀਬੀ ਨੇ ਚਿੱਠੀ ਪੜ੍ਹੀ ਐ ਚਿੱਠੀ ਸੁਣਦੇ ਆ ਸੋਨੇ ਖੂਨ ਵਾਲੇ ਅੱਖੋਂ ਫੁੱਟ ਗਏ ਬਿਮਾਰੀ ਦੇ ਖਿਆਲ ਵੀ ਪਤਾ ਨੀ ਕਿੱਥੇ ਛੁੱਟ ਗਏ ਉੱਠਿਆ ਪਲੰਘ ਉੱਤੋਂ ਜੋਸ਼ ਇੰਨਾ ਜ਼ਿਆਦਾ ਸੀ ਕਹਿੰਦੇ ਨੇ ਪਲੰਘ ਦੇ ਚਾਰੇ ਹੀ ਭਾਵੇਂ ਟੁੱਟ ਗਏ ਡਾਲ ਦੀ ਬੁੱਕਲ ਵਿੱਚੋਂ ਖੰਡਾ ਉਹਨੇ ਕੱਢਿਆ ਘੋੜੇ ਉੱਤੇ ਚੜ੍ਹ ਕੇ ਜਕਾਰਾ ਉਹਨੇ ਛੱਡਿਆ ਆਉਣ ਬਾਰੇ ਪਤਾ ਜਦੋਂ ਵੈਰੀਆਂ ਨੂੰ ਲੱਗਿਆ ਕਹਿੰਦੇ ਇੱਕ ਦੂਸਰੇ ਨੂੰ ਮੌਤ ਆ ਗਈ ਭਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਵਾ ਸ਼ੇਰ ਨਾ ਪਿਆ ਮਹਾਰਾਜਾ ਸੀ ਸ਼ਿਕਾਰ ਤੇ ਚਾੜਿਆ ਕਮਾਨੀ ਉੱਤੇ ਤੀਰ ਜਾ ਸਵਾਰ ਕੇ ਰੁਕੋ ਮਹਾਰਾਜਾ ਸਾਹਿਬ ਤੀਰ ਨਾ ਚਲਾਇਓ ਕਹਿ ਕੇ ਘੋੜੇ ਉੱਤੋਂ ਉਤਰਿਆ ਸਿੰਘ ਛਾਲ ਮਾਰ ਕੇ ਸਾਰੇ ਕਹਿੰਦੇ ਹਰੀ ਸਿੰਘ ਆਉਣਾ ਚਾਕੀ ਉੱਤੇ ਫੇਰਨਾ ਮੰਨਿਆ ਤੂੰ ਜੋਧਾ ਬਣ ਇੰਨਾ ਵੀ ਦਲੇਰਨਾ ਕੋਈ ਹਥਿਆਰ ਨਹੀਂ ਆ ਕੋਲ ਤੇਰੇ ਰੁਕ ਜਾ ਖਾਲੀ ਹੱਥ ਬੰਦਾ ਤੁਰ ਸਕਦਾ ਨੀ ਸ਼ੇਰਨਾ ਹਰੀ ਸਿੰਘ ਕਹਿੰਦਾ ਅੱਜ ਵੇਖ ਲੈਣ ਲੋਕ ਵੀ ਨਰਕ ਸਵਰਗ ਜਿੰਨੇ ਵੀ ਨੇ ਪਰ ਲੋਕ ਵੀ ਹਰ ਜਾਵੇ ਜਿੱਥੇ ਬਾਪੂ ਕਰਸਮੇ ਦਾ ਖਾਲਸਾ ਜਾਨ ਕੇ ਲਕੋਲਦੀ ਅੱਖ ਤਰਦੀਆ ਮੌਤ ਵੀ ਲਾਤੀ ਅੱਗ ਜਿਵੇਂ ਕਿਸੇ ਨੇ ਬਰੂਦ ਵਾਲੇ ਤੇ ਮਹਾਰਾਜੇ ਦੇ ਚਿਕਾਲੇ ਚੋਂ ਸ਼ਿਕਾਰ ਬਦਲੇ ਨੂੰ ਤੁਹਾਡੇ ਹੱਥ ਅਲ ਪਾ ਕੇ ਜਬਾੜਿਆਂ ਨੂੰ ਦੋਵਾਂ ਹਿੱਸਿਆਂ ਚ ਚੀਰ ਸੁੱਟ ਦਿੱਤਾ ਸ਼ੇਰ ਨੂੰ ਗਲ ਨਾਲ ਲਾਇਆ ਮਹਾਰਾਜਾ ਸਾਹਿਬ ਭੱਜ ਕੇ ਵਾਹ ਵਾਹ ਹਰੀ ਸਿੰਘ ਆ ਕੇ ਹਾ ਗੱਜ ਗੱਜ ਕੇ ਸ਼ੇਰ ਦਿਲ ਲੈ ਜੀ ਮਿੰਟ ਵਿੱਚ ਉਹਨੂੰ ਸੱਦ ਕਹਿੰਦੇ ਰੇਸ ਦੀ ਕਮਾਂਡ ਹੱਥ ਆਪਣੇ ਮੈਂ ਆ ਚਲੇ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ ਹਰੀਆ ਰਾਗ ਲੈ ਸੌਂ ਜਾ ਪੁੱਤ ਸੌਂ ਜਾ ਨਹੀਂ ਤੇ